ਗਿੱਦੜਬਾਹਾ ਵਿਖੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਦੋ ਯੂਨਿਟ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਬਿਜਲੀ ਬੋਰਡ ਦੇ ਰਿਟਾਇਰ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਥਾਨਕ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਇਸ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰਿਟਾਇਰ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਇਹਨਾਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲਵੇ ਤਾਂ ਜੋ ਇਹਨਾਂ ਥਰਮਲ ਪਲਾਂਟਾਂ ਦੇ ਬੰਦ ਹੋਣ ਨਾਲ ਹਜ਼ਾਰਾਂ ਮੁਲਾਜ਼ਮ ਮਜ਼ਦੂਰਾਂ ਅਤੇ ਕਿਸਾਨਾਂ ਦੇ ਪੈਣ ਵਾਲੇ ਮਾਰੂ ਅਸਰਾਂ ਤੋਂ ਬਚਿਆ ਜਾ ਸਕੇ। ਸਮੂਹ ਰਿਟਾਇਰ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਸਾਨੂੰ ਸੰਘਰਸ਼ ਨੂੰ ਤੇਜ਼ ਕਰਨਾ ਪਵੇਗਾ। ਇਸ ਧਰਨੇ ਨੂੰ ਮੰਡਲ ਪ੍ਰਧਾਨ ਜੋਰਾ ਸਿੰਘ, ਪ੍ਰਕਾਸ਼ ਸਿੰਘ, ਕਨ੍ਹੱਈਆ ਲਾਲ, ਮੇਘਰਾਜ ਬੁੱਟਰ ਅਤੇ ਸਾਧੂ ਰਾਮ ਆਦਿ ਨੇ ਵੀ ਸੰਬੋਧਨ ਕੀਤਾ। ਅੱਜ ਅਸੀਂ ਜਿਹੜਾ ਥਰਮਲ ਪਲਾਂਟ ਬਠਿੰਡੇ ਵਾਲਾ ਉਹ ਬੰਦ ਹੋਣ ਦੇ ਅਤੇ ਰੋਪੜ ਵਾਲੇ ਦੇ ਉਹਨਾਂ ਦੇ ਹਿੱਤੇ 'ਚ ਅਸੀਂ ਨਿਖੇਧੀ ਕਰਦੇ ਹਾਂ। ਰੋਸ ਵਜੋਂ ਅਸੀਂ ਧਰਨੇ ਦੇ ਰੂਪ 'ਚ ਅੱਜ ਬੈਠੇ ਹਾਂ। ਰਣਨੀਤੀ ਜਿੰਨਾ ਚਿਰ ਫੈਸਲਾ ਉਹਨਾਂ ਤੱਕਰ ਸਾਡੇ ਹੱਕ 'ਚ ਨਹੀਂ ਹੁੰਦਾ, ਵਾਪਸ ਨਹੀਂ ਲੈਂਦੀ ਪੰਜਾਬ ਸਰਕਾਰ ਹੈ ਜਿਹੜੀ, ਉਹਨਾਂ ਚਿਰ ਅਸੀਂ ਲਗਾਤਾਰ ਇਹ ਸੰਘਰਸ਼ ਜਾਰੀ ਰੱਖਾਂਗੇ। ਜੀ ਕੀ ਲੱਗਦਾ, ਮਤਲਬ ਕਿ ਜਿਹੜਾ ਥਰਮਲ ਪਲਾਂਟ ਹੈ ਜਿਹੜੇ ਦੋ ਬੰਦ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ, ਇਹਦੇ ਨਾਲ ਕਿਸ ਤਰ੍ਹਾਂ ਦੀ ਜਿਹੜੀ ਮੁਲਾਜ਼ਮਾਂ ਦੇ ਵਿੱਚ, ਚਲੋ ਤੁਸੀਂ ਤਾਂ ਰਿਟਾਇਰ ਹੋ ਚੁੱਕੇ ਹੋ, ਹਾਂਜੀ, ਪਰ ਜਿਹੜੇ ਚੱਲ ਰਿਹਾ ਸਿਸਟਮ ਉਹ ਕਿੰਨਾ ਕੁ ਪ੍ਰਭਾਵਿਤ ਹੋਏਗਾ ਇਸ ਚੀਜ਼ ਨੂੰ? ਇਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ ਜੀ। ਬੇਸ਼ੱਕ ਅਸੀਂ ਮੁਲਾਜ਼ਮ ਰਿਟਾਇਰ ਵੀ ਹੋ ਗਏ ਹਾਂ, ਇਕੱਲਾ ਜਿਹੜੇ ਰੈਗੂਲਰ ਮੁਲਾਜ਼ਮ ਹੈ ਉਹਨਾਂ 'ਤੇ ਹੀ ਨਹੀਂ ਅਸਰ ਪੈਣਾ, ਇਹ ਪਬਲਿਕ 'ਤੇ ਵੀ ਅਸਰ ਪਊਗਾ ਜੀ ਇਹਦੇ ਬੰਦ ਹੋਣ ਨਾਲ। ਪੋਸਟਾਂ ਖਤਮ ਹੋ ਗਈਆਂ ਨਾ? ਉਹਦੀਆਂ ਪੋਸਟਾਂ ਖਤਮ ਹੋ ਗਈਆਂ। ਨੰਬਰ 2 'ਤੇ ਜਿਹੜੀ ਇਹ ਨਹਿਰ ਹੈ ਬਠਿੰਡੇ ਵਾਲੀ, ਇਹਦੇ 'ਚ ਪਾਣੀ ਅੱਗੇ ਨੂੰ ਘੱਟ ਵਗਿਆ ਕਰੂਗਾ, ਲੋਕਾਂ ਦੀ ਆਪਾਸ਼ੀ ਹੈ ਜਿਹੜੀ ਉਹ ਵੀ ਘਟੂਗੀ। ਠੇਕੇ ਵਾਲੇ ਬੰਦੇ ਦੇ ਕਿਸਾਨਾਂ 'ਤੇ ਵੀ ਅਸਰ ਪਊਗਾ, ਕਿਸਾਨਾਂ 'ਤੇ ਪੂਰਾ ਅਸਰ ਪਜੂਗਾ, ਮਜ਼ਦੂਰਾਂ 'ਤੇ ਵੀ ਪਊਗਾ ਜੀ। ਕੀ ਤੁਹਾਡੀ ਕੀ ਡਿਮਾਂਡ ਕੀ ਹੈ ਅਤੇ ਕੀ ਅੱਗੇ ਤੁਹਾਡੀ ਰਣਨੀਤੀ ਕੀ ਰਹੂਗੀ? ਸਾਡੀ ਡਿਮਾਂਡ ਇਹੋ ਹੀ ਹੈ ਜੀ ਵੀ ਇਹਨਾਂ ਨੂੰ ਥਰਮਲ ਨੂੰ ਅਤੇ ਰੋਪੜ ਥਰਮਲ ਪਲਾਂਟ ਆ ਜਿਹੜੇ, ਇਹਨਾਂ ਨੂੰ ਮੁੜ ਤੋਂ ਚਾਲੂ ਰੱਖਿਆ ਜਾਵੇ ਜੀ, ਕਿਉਂਕਿ ਬਿਜਲੀ ਹੈ ਜਿਹੜੀ ਸਾਨੂੰ ਭਾਵੇਂ ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਸਸਤੀ ਦੇਵਾਂਗੇ, ਜੇ ਥਰਮਲ ਪਲਾਂਟ ਚੱਲਦੇ ਰਹਿੰਦੇ ਹੈ ਤਾਂ ਸਾਨੂੰ ਫਿਰ ਵੀ ਸਸਤੀ ਮਿਲੂਗੀ, ਕਿਉਂਕਿ ਜ਼ਿਆਦਾ ਬਿਜਲੀ ਹੋਣ ਨਾਲ ਬਿਜਲੀ ਸਸਤੀ ਹੋਣੀ ਹੈ, ਨਾ ਕਿ ਬਿਜਲੀ ਦੇ ਪਲਾਂਟ ਖਤਮ ਕਰਨ ਨਾਲ। ਬਿਜਲੀ ਦੇ ਪਲਾਂਟ ਖਤਮ ਕਰਨ ਨਾਲ ਤਾਂ ਸਗੋਂ ਮਹਿੰਗੀ ਹੋਊਗੀ ਜੀ, ਜੇ ਅਸੀਂ ਬਾਹਰੋਂ ਬਿਜਲੀ ਲਵਾਂਗੇ ਤਾਂ ਮਹਿੰਗੀ ਮਿਲੂਗੀ ਸਾਨੂੰ। ਸਾਡੇ ਆਪਦੇ ਦੇਸ਼ 'ਚ ਆਪਦੇ ਸ਼ਹਿਰਾਂ ਦੇ ਵਿੱਚ ਬਿਜਲੀ ਹੈ, ਇਹ ਸਾਨੂੰ ਘੱਟ ਰੇਟ 'ਤੇ ਮਿਲੂਗੀ, ਕਿਉਂਕਿ ਨਵੇਂ ਪ੍ਰੋਜੈਕਟ ਹੈ ਜਿਹੜੇ ਹਜੇ ਤੱਕ ਲਾਏ ਨਹੀਂ ਗਏ, ਨਾ ਹੀ ਸਰਕਾਰ ਦੀ ਕੋਈ ਨੀਤੀ ਹੈ ਵੀ ਨਵੇਂ ਪ੍ਰੋਜੈਕਟ ਲਾਵੇ। ਜਿਵੇਂ ਕਿ ਪਰਾਲੀ ਦੇ ਸੰਬੰਧ 'ਚ ਹੈ, ਕੋਈ ਨਹੀਂ, ਲੋਕਾਂ ਨੂੰ ਕਿੰਨੀ ਹੈਰਾਨੀ ਆਈ ਹੈ ਕਿ ਪਰਾਲੀ ਦੇ ਕਾਰਨ ਕਿੰਨੀ ਵਹਾਈ ਬਿਜਾਈ ਅਤੇ ਉਹਨਾਂ 'ਤੇ ਇਹ ਮਾੜਾ ਅਸਰ ਪਿਆ, ਬਹੁਤ ਮਹਿੰਗਾ ਪਿਆ ਉਹਨਾਂ ਨੂੰ। ਜੇ ਪ੍ਰੋਜੈਕਟ ਪਰਾਲੀ ਵਾਲੇ ਵੀ ਲੱਗ ਜਾਣ ਅਤੇ ਬਿਜਲੀ ਦੇ ਸਾਧਨ ਹੋਰ ਵੀ ਵੱਧ ਜਾਣਗੇ ਅਤੇ ਲੋਕਾਂ ਨੂੰ ਇਹ ਵੀ ਸੌਖਾ ਅਤੇ ਸਸਤਾ ਜਿਹੜਾ ਬਿਜਲੀ ਦੇ ਰੇਟ ਘਟਣਗੇ। ਹਾਂਜੀ, ਪਹਿਲੀ ਗੱਲ ਤਾਂ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਨੂੰ ਟੋਹ ਕੇ ਦੇਖਿਆ ਸੀ ਕਿ ਸਾਡੀ ਪੈਨਸ਼ਨ ਜੋ ਹਰ ਮਹੀਨੇ 1 ਤਰੀਕ ਨੂੰ ਜਮ੍ਹਾਂ ਹੋ ਜਾਂਦੀ ਹੈ, ਇਹ ਕਈ ਵਾਰੀ ਲੇਟ ਕਰ ਦਿੰਦੇ ਆ ਅਤੇ ਸਾਨੂੰ ਇਹ ਦਿੱਕਤ ਆਉਂਦੀ ਹੈ ਜਿੰਨਾ ਚਿਰ ਸਾਡੀ ਪੈਨਸ਼ਨ, ਇਹ ਗਰੰਟੀ ਨਹੀਂ ਬਣਦੀ ਗੀ ਕਿ ਹਰ ਮਹੀਨੇ 1 ਤਰੀਕ ਨੂੰ ਆਇਆ ਕਰੇ, ਉਹਨਾਂ ਚਿਰ ਸਾਡੇ ਇਹ ਧਰਨੇ ਅਤੇ ਸੰਘਰਸ਼ ਸਾਡਾ ਜਾਰੀ ਰਹੂਗਾ। ਦੂਸਰਾ, ਜੋ ਸਾਡੀਆਂ ਮੰਗਾਂ ਪਿਛਲੇ DA ਦੇ ਬਕਾਏ ਆ, ਉਹ ਕਾਫੀ ਲੰਬੇ ਸਮੇਂ ਤੋਂ ਸਾਡਾ DA ਦਾ ਬਕਾਇਆ ਜਿਹੜਾ ਉਹ ਪਿਆ, ਸਰਕਾਰ ਹਰ ਵਾਰੀ ਕਹਿੰਦੀ ਹੈ ਕਿ ਤੁਹਾਡੇ ਬਕਾਏ ਐਂਕ ਦਿੱਤੇ ਜਾਣਗੇ, ਹੁਣ ਦਿੱਤੇ ਜਾਣਗੇ, ਮਹੀਨੇ ਨੂੰ ਦਿੱਤੇ ਜਾਣਗੇ, ਪਰ ਉਹ ਬਕਾਇਆ ਲੰਬੇ ਸਮੇਂ ਤੋਂ ਸਾਡਾ ਜਿਹੜਾ ਪਿਆ ਸਰਕਾਰ ਵੱਲ, ਉਹ ਸਰਕਾਰ ਦੇਣ ਦਾ ਨਾਂ ਨਾ ਲੈ ਰਹੀ।
ਤੀਸਰਾ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਮੁਲਾਜ਼ਮਾਂ ਨੂੰ ਇੱਕ ਕਨਸੈਸ਼ਨ ਮਿਲਦਾ ਸੀ, ਬਿਜਲੀ ਦੀ ਰਹਿਤ ਮਿਲਦੀ ਸੀ ਬਿਜਲੀ ਯੂਨਿਟਾਂ ਦੇ ਵਿੱਚ, ਜਿਵੇਂ ਕਿ ਦੂਸਰੇ ਸਾਰੇ ਮੁਲਾਜ਼ਮਾਂ ਨੂੰ ਮਿਲਦੀ ਆਪੋ ਆਪਣੇ ਜਾ ਕੇ, ਉਹ ਟਰਾਂਸਪੋਰਟ ਹੈ ਚਾਹੇ ਫੌਜ 'ਚ ਹੈ ਚਾਹੇ ਕਿਸੇ ਹੋਰ ਮਹਿਕਮੇ 'ਚ ਹੈ। ਸਾਡੀ ਉਹ ਜਿਹੜੀ ਰਿਆਇਤ ਹੈ ਰਿਟਾਇਰਮੈਂਟ ਤੋਂ ਬਾਅਦ ਖੋਈ ਗਈ ਹੈ, ਅਸੀਂ ਇਹ ਸਮਝਦੇ ਹਾਂ ਕਿ ਉਹ ਸਾਨੂੰ ਰਿਆਇਤ ਮਿਲਣੀ ਚਾਹੀਦੀ ਹੈਗੀ। ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ, ਜਿਹਦੇ ਕਰਕੇ ਕਈ ਵਾਰ ਸਰਕਾਰ ਇਹਨਾਂ ਮੰਗਾਂ ਨੂੰ ਵਾਜਬ ਵੀ ਬਣਦੀ ਹੈ ਪਰ ਇਹਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਇਹ ਮੰਗਾਂ ਦੇ ਨਾਲ ਨਾਲ ਸਾਡਾ ਜਿਹੜਾ ਹੈਗਾ ਥਰਮਲ ਪਲਾਂਟ ਬੰਦ ਕਰਨ ਦੇ ਨਾਲ ਨਾਲ ਹੀ ਇਹ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ਦੇ ਵਿੱਚ ਵੀ ਅਤੇ ਇਹ ਮੰਗਾਂ ਦੇ ਹੱਕ 'ਚ ਵੀ ਸਾਡਾ ਲਗਾਤਾਰ ਜਿਹੜਾ ਸੰਘਰਸ਼ ਹੈ ਉਹ ਜਾਰੀ ਹੈ। ਸੋਨੀ ਡੱਲਾ, ਦਿਵਿਆ ਪੰਜਾਬ ਟੀਵੀ, ਗਿੱਦੜਬਾਹਾ।